ਇਵਨ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਆਯੁਰਵੇਦਿਕ ਗਿਆਨ ਜੀਵਨ ਲਈ ਸੰਜੀਵਨੀ ਦੇ ਵਿੱਚ। ਜਿਵੇਂ ਕਿ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਇੱਕ ਨਵੇਂ ਟੌਪਿਕ ਨੂੰ ਲੈ ਕੇ ਤੁਹਾਡੇ ਨਾਲ ਚਰਚਾ ਕਰਦੇ ਹਾਂ ਕਿ ਅਸੀਂ ਇਹਨਾਂ ਬਿਮਾਰੀਆਂ ਦੇ ਨਾਲ ਜੂਝ ਰਹੇ ਹਾਂ ਅਤੇ ਅਸੀਂ ਇਹਨਾਂ ਬਿਮਾਰੀਆਂ ਤੋਂ ਕਿੱਦਾਂ ਨਿਜਾਤ ਪਾ ਸਕਦੇ ਹਾਂ। ਅੱਜ ਅਸੀਂ ਡਿਸਕਸ ਕਰਾਂਗੇ ਜੁਆਇੰਟ ਪੇਨਸ ਬਾਰੇ, ਜੋੜਾਂ ਦੇ ਦਰਦਾਂ ਬਾਰੇ, ਕਿਉਂਕਿ ਸਾਨੂੰ ਬਹੁਤ ਸਾਰੀਆਂ ਕਾਲਸ ਆਈਆਂ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਦੱਸੀਏ ਪੁੱਛ ਕੇ ਡਾਕਟਰ ਰਿਤੇਸ਼ ਜੀ ਤੋਂ ਕਿ ਅਸੀਂ ਆਪਣੇ ਜੁਆਇੰਟ ਪੇਨ ਤੋਂ ਆਪਣੀਆਂ ਇਹਨਾਂ ਬਿਮਾਰੀਆਂ ਤੋਂ ਕਿੱਦਾਂ ਨਿਜਾਤ ਪਾ ਸਕਦੇ ਹਾਂ, ਕਿੱਦਾਂ ਛੁਟਕਾਰਾ ਪਾ ਸਕਦੇ ਹਾਂ। ਆਓ ਸਭ ਤੋਂ ਪਹਿਲਾਂ ਡਾਕਟਰ ਰਿਤੇਸ਼ ਦਾ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ 'ਚ। ਰਿਤੇਸ਼ ਜੀ, ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਵਿੱਚ ਆਯੁਰਵੇਦਿਕ ਗਿਆਨ ਦੇ ਵਿੱਚ। ਪ੍ਰੀਤ ਜੀ ਸਤਿ ਸ਼੍ਰੀ ਅਕਾਲ ਅਤੇ ਏਵਨ ਪੰਜਾਬੀ ਦੇਖ ਰਹੇ ਸਾਰੇ ਸਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਿਤੇਸ਼ ਜੀ, ਜਿੱਦਾਂ ਸਾਨੂੰ ਬਹੁਤ ਸਾਰੀਆਂ ਕਾਲਸ ਆਈਆਂ ਨੇ ਅਤੇ ਲੋਕ ਸਾਡੇ ਤੋਂ ਪੁੱਛ ਰਹੇ ਨੇ ਕਿ ਜੁਆਇੰਟ ਪੇਨ ਦੀ ਪ੍ਰੋਬਲਮ ਹੋ ਗਈ ਜਾਂ ਕਮਰ ਦਰਦ ਦੀ ਪ੍ਰੋਬਲਮ ਹੋ ਗਈ ਜਾਂ ਕਹਿੰਦੇ ਨੇ ਕਿ ਸਰੀਰ ਟੁੱਟਦਾ ਰਹਿੰਦਾ ਜਾਂ ਕਿ ਮਤਲਬ ਜਾਨ ਜੀ ਨਹੀਂ ਰਹਿੰਦੀ ਸਰੀਰ ਦੇ ਵਿੱਚ, ਇਹ ਪ੍ਰੋਬਲਮਸ ਦਾ ਕੀ ਸੋਲਿਊਸ਼ਨ ਹੈ? ਆਖਿਰ ਪ੍ਰੋਬਲਮ ਸਾਨੂੰ ਹੁੰਦੀਆਂ ਕਿਉਂ ਨੇ, ਇਹ ਕੀ ਰੀਜ਼ਨਸ ਨੇ? ਦੇਖੋ, ਇਹ ਜਿਹੜੀ ਹੈ ਇੱਕ ਜੁਆਇੰਟ ਪੇਨਸ, ਇੱਕ ਆਮ ਭਾਸ਼ਾ ਦੇ ਵਿੱਚ ਆਪਾਂ ਕਹਿ ਦਈਏ ਜੁਆਇੰਟ ਪੇਨਸ, ਜੇ ਆਪਾਂ ਇਹਨੂੰ ਡਿਫਰੈਂਸ਼ੀਏਟ ਕਰੀਏ ਤਾਂ ਵੱਖਰੀ ਵੱਖ ਤਰ੍ਹਾਂ ਦਾ ਹੁੰਦਾ, ਜਿਵੇਂ ਕਿ ਰੂਮਟਾਇਡ ਆਰਥਰਾਈਟਿਸ, ਜਿਹੜਾ ਇੱਕ ਛੋਟੀ ਉਮਰ ਦੇ ਵਿੱਚ ਹੋ ਜਾਂਦਾ, ਸਮਝ ਲਓ 20-40 ਦੇ ਗੇੜ ਦੇ ਵਿੱਚ ਰੂਮਟਾਇਡ ਆਰਥਰਾਈਟਿਸ ਪੇਸ਼ੈਂਟ ਬਹੁਤ ਜ਼ਿਆਦਾ ਤੰਗ ਕਰਦਾ। ਆਸਟੀਓਆਰਥਰਾਈਟਿਸ, ਜਿਹੜਾ ਕਿ ਆਪਾਂ ਸਮਝਦੇ ਹਾਂ ਕਿ ਏਜ ਰਿਲੇਟਡ ਫੈਕਟਰ ਹੈ, ਜਿਹੜਾ ਇੱਕ ਉਮਰ ਦੇ ਹਿਸਾਬ ਨਾਲ 40-50 ਦੀ ਉਮਰ ਦੇ ਵਿੱਚ ਮੋਸਟਲੀ ਫੀਮੇਲਸ ਨੂੰ ਇਹ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਤੀਸਰੀ ਤਰ੍ਹਾਂ ਦਾ ਪ੍ਰੋਬਲਮ ਗਾਊਟ, ਜਿਹਨੂੰ ਆਪਾਂ ਕਹਿੰਦਾ ਕਿ ਯੂਰਿਕ ਐਸਿਡ ਵੱਧ ਜਾਂਦਾ, ਗੈਂਠੀਆ ਦਾ ਰੋਗ, ਜਿਹਦੇ ਵਿੱਚ ਜਿਹੜੇ ਨੇ ਸਾਨੀ ਪੈਰ ਦੇ ਅੰਗੂਠੇ ਦੇ ਵਿੱਚ ਸਭ ਤੋਂ ਜ਼ਿਆਦਾ ਪੇਨ ਸ਼ੁਰੂ ਹੁੰਦੀ ਹੈ, ਫਿਰ ਹੌਲੀ ਹੌਲੀ ਉੱਪਰ ਵੱਧਦੇ ਵੱਧਦੇ ਸਾਰੇ ਜੋੜਾਂ ਦੇ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦਰਦ ਦੇ ਨਿਜਾਤ ਪਾਉਣ ਵਾਸਤੇ ਸਭ ਤੋਂ ਪਹਿਲੇ ਸਾਨੂੰ ਉਹਨਾਂ ਦੇ ਕਾਰਨਾਂ 'ਤੇ ਪਹੁੰਚਣਾ ਪੈਂਦਾ ਹੈ, ਕਿਉਂਕਿ ਹਰ ਇੱਕ ਦਰਦ ਦੇ ਵੱਖੋ ਵੱਖ ਕਾਰਨ ਹੁੰਦੇ। ਆਪਾਂ ਕਹਿ ਤਾਂ ਸਕਦੇ ਹਾਂ ਕਿ ਜੁਆਇੰਟ ਪੇਨ ਇੱਕੋ ਜਿਹੀ ਹੈਗੀ, ਪਰ ਗਰਦਨ ਦੀ ਦਰਦ ਦਾ ਕਾਰਨ ਵੱਖਰਾ, ਕਮਰ ਦੀ ਦਰਦ ਦਾ ਕਾਰਨ ਵੱਖਰਾ, ਗੋਡਿਆਂ ਦੀ ਦਰਦ ਦਾ ਕਾਰਨ ਵੱਖਰਾ, ਕੋਹਨੀ ਦੀ ਦਰਦ ਦਾ ਕਾਰਨ ਵੱਖਰਾ, ਕਿਹੜੇ ਕਿਹੜੇ ਕਾਰਨ ਨੇ, ਸਾਨੂੰ ਉਹ ਕਾਰਨਾਂ 'ਤੇ ਪਹੁੰਚ ਕੇ ਸਾਨੂੰ ਡਿਫਰੈਂਸ਼ੀਏਟ ਕਰਕੇ ਫਿਰ ਸਾਨੂੰ ਇਹਦੀ ਦਿੱਤੀ ਟ੍ਰੀਟਮੈਂਟ ਦੇਣੇ ਪੈਂਦੇ ਨੇ ਤਾਂ ਕਿ ਪੇਸ਼ੈਂਟ ਉਸ ਨਾਲੋਂ ਠੀਕ ਹੋ ਸਕੇ। ਜ਼ਿਆਦਾਤਰ ਜਿੰਨੀਆਂ ਦੇਖਿਆ ਜਾਵੇ ਕਿ ਬਜ਼ੁਰਗ ਲੇਡੀਜ਼ ਹੋ ਗਈਆਂ ਜਾਂ ਬਜ਼ੁਰਗ ਹੋ ਗਏ, ਉਹਨਾਂ ਦੇ ਕਹਿਣ ਸੁਣਨ ਦੇ ਵਿੱਚ ਅਸੀਂ ਜ਼ਿਆਦਾਤਰ ਦੇਖਿਆ ਕਿ ਉਹ ਹਮੇਸ਼ਾ ਗੋਡਿਆਂ ਦੇ ਦਰਦਾਂ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਨੇ, ਗੋਡਿਆਂ ਦੇ ਦਰਦਾਂ ਤੋਂ ਬਹੁਤ ਜ਼ਿਆਦਾ ਤ੍ਰਸਤ ਹੁੰਦੇ ਨੇ ਵਿਚਾਰੇ। ਕਈਆਂ ਨੂੰ ਡਾਕਟਰ ਸੁਜੈਸਟ ਕਰਦੇ ਨੇ ਕਿ ਤੁਹਾਡੀ ਜੀ ਗਰੀਸ ਖਤਮ ਹੋ ਗਈ ਹੈ, ਲਿਗਾਮੈਂਟ ਵੀਕ ਹੋ ਗਏ ਨੇ, ਜੋ ਉਹਨਾਂ ਦੀ ਲੈਂਗੁਏਜ ਹੁੰਦੀ ਹੈ, ਜੋ ਸਾਨੂੰ ਦੱਸਦੇ ਨੇ। ਕਾਲਸ ਤੁਹਾਨੂੰ ਵੀ ਆਈਆਂ ਹੋਣਗੀਆਂ ਕਿ ਡਾਕਟਰ ਨੇ ਜੀ ਸਾਨੂੰ ਕਿਹਾ ਕਿ ਤੁਹਾਡੀ ਤਾਂ ਗਰੀਸ ਖਤਮ ਹੋ ਗਈ ਹੈ, ਕੀ ਚੀਜ਼ ਹੁੰਦੀ ਹੈ ਉਹ? ਦੇਖੋ, ਬੇਸਿਕਲੀ ਗਰੀਸ ਜਿਹੜੀ ਚੀਜ਼ ਹੁੰਦੀ ਹੈ ਇੱਕ ਸਾਈਨੋਵਿਅਲ ਫਲੂਇਡ ਹੁੰਦਾ, ਸਾਈਨੋਵਿਅਲ ਫਲੂਇਡ ਕੀ, ਜਿਵੇਂ ਕਿ ਮੇਰੀ ਜ਼ੁਬਾਨ ਹੈ, ਜੇ ਇਹਨੂੰ ਆਪਾਂ ਬਿਲਕੁਲ ਸੁਕਾ ਦਾਂਗੇ ਤਾਂ ਬੋਲਣ ਦੀ ਸ਼ਕਤੀ ਇਹਦੇ ਵਿੱਚ ਖਤਮ ਹੋ ਜਾਏਗੀ। ਇੱਦਾਂ ਹੀ ਸਾਡੇ ਗੋਡੇ ਨੂੰ ਚਲਾਉਣ ਵਾਸਤੇ ਇੱਕ ਰੱਬ ਨੇ ਕੁਦਰਤੀ ਗਰੀਸ ਬਣਾਈ ਹੈ, ਜਿਹਨੂੰ ਆਪਾਂ ਸਾਈਨੋਵਿਅਲ ਫਲੂਇਡ ਕਹਿੰਦੇ ਹਾਂ। ਜਦ ਤੱਕ ਇਹ ਸਾਈਨੋਵਿਅਲ ਫਲੂਇਡ ਸਾਡੇ ਸਰੀਰ ਦੇ ਜੋੜਾਂ ਦੇ ਵਿੱਚ ਕੰਮ ਕਰ ਰਿਹਾ, ਤਾਂ ਲਿਬਰੀਕੇਸ਼ਨ ਦਾ ਕੰਮ ਕਰ ਰਿਹਾ ਅਤੇ ਜੋੜ ਜਿਹੜੇ ਨੇ ਆਪਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਮੂਵ ਕਰਦੇ ਨੇ। ਪਰ ਜਿੱਦਾਂ ਜਿੱਦਾਂ ਉਮਰ ਵੱਧ ਜਾਂਦੀ ਹੈ, ਕਾਰਟਿਲੇਜਿਸ ਜਿਹੜੇ ਨੇ, ਜਿਹੜੇ ਗੋਡਿਆਂ ਦੇ ਵਿੱਚ ਸ਼ੌਕ ਐਬਜ਼ੋਰਬਿੰਗ ਦਾ ਕੰਮ ਕਰਦੇ ਨੇ, ਸਾਡੇ ਝਟਕੇ ਨੂੰ ਰੋਕਣ ਦਾ ਕੰਮ ਕਰਦੇ ਨੇ, ਹੌਲੀ ਹੌਲੀ ਜਿਹੜੇ ਡੀਜਨਰੇਟ ਹੁੰਦੇ ਨੇ, ਸਾਈਨੋਵਿਅਲ ਫਲੂਇਡ ਜਿਹੜਾ ਹੈ ਉਹ ਵੀ ਡੀਜਨਰੇਟ ਹੁੰਦਾ, ਜਿਹੜਾ ਦੋਵੇਂ ਹੱਡੀਆਂ ਦੇ ਵਿੱਚ ਗੈਪ ਕੁਦਰਤ ਨੇ ਬਣਾਇਆ ਉਹ ਉਮਰ ਦੇ ਹਿਸਾਬ ਦੇ ਨਾਲ ਘਟਣਾ ਸ਼ੁਰੂ ਹੋ ਜਾਂਦਾ। ਜਦੋਂ ਘਟਣਾ ਸ਼ੁਰੂ ਹੋ ਜਾਂਦਾ ਫਿਰ ਸਾਨੂੰ ਜੋੜਾਂ ਦੀ ਦਰਦ ਜਾਂ ਫਿਰ ਜਿਹਨੂੰ ਆਮ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਬਜ਼ੁਰਗਾਂ ਦੇ ਵਿੱਚ ਗੋਡਿਆਂ ਦੀ ਪੀੜ ਦੀ ਪ੍ਰੋਬਲਮ ਜਿਹੜੀ ਹੈ ਅਕਸਰ ਜਿਹੜੀ ਹੈ ਦੇਖਣ ਨੂੰ ਮਿਲ ਜਾਂਦੀ ਹੈ। ਜੁਆਇੰਟ ਪੇਨਸ ਦੇ ਨਾਲ ਨਾਲ ਕਈਆਂ ਨੂੰ ਅਸੀਂ ਦੇਖਿਆ ਕਿ ਕਈਆਂ ਨੂੰ ਕਮਰ ਦਰਦ ਹੁੰਦਾ ਹੈ, ਕਈਆਂ ਨੂੰ ਡਿਸਕ ਦੀ ਪ੍ਰੋਬਲਮ ਡਾਕਟਰ ਦੱਸਦੇ ਨੇ, ਅਤੇ ਕਈਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਜਿੱਦਾਂ ਬੈਕ ਸਾਈਡ 'ਤੇ ਪੇਨ ਹੋਈ ਹੈ, ਉਸ ਤੋਂ ਬਾਅਦ ਪੂਰੀ ਲੱਤ, ਰਾਈਟ ਲੈਗ ਪੂਰੀ ਦੀ ਪੂਰੀ ਪੇਨ ਹੋਣੀ ਸ਼ੁਰੂ ਹੋ ਗਈ ਜਾਂ ਲੈਫਟ ਲੈਗ ਪੂਰੀ ਦੀ ਪੂਰੀ ਪੇਨ ਹੋਣੀ ਸ਼ੁਰੂ ਹੋ ਗਈ, ਇਹ ਕਿਹੜੀ ਬਿਮਾਰੀ ਹੈ? ਦੇਖੋ, ਅੱਜ ਆਪਾਂ ਦੇਖ ਰਹੇ ਹਾਂ ਕਿ ਸਾਡੀ ਜਿਹੜੀ ਵਰਕਿੰਗ ਹੈ ਬਹੁਤ ਜ਼ਿਆਦਾ ਵੱਧ ਗਈ ਹੈ, ਸਾਡਾ ਕੰਮ ਜਿਹੜਾ ਹੈ, ਈਵਨ ਮੋਸਟਲੀ ਜਿਹੜਾ ਆਪਾਂ ਦੇਖਦੇ ਹਾਂ ਕਿ ਜਿਹੜੇ ਯੰਗਸਟਰਸ ਨੇ ਉਹ ਬਾਈਕ ਦੇ ਉੱਤੇ ਜਾਂਦੇ ਨੇ, ਸੜਕਾਂ ਬਹੁਤ ਜ਼ਿਆਦਾ ਖਰਾਬ ਨੇ, ਬਹੁਤ ਟਾਈਮ 'ਤੇ ਜਿਹੜੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਉਹੀ ਆ ਕੇ ਦੱਸਦੇ ਨੇ ਕਿ ਮੈਨੂੰ ਝਟਕਾ ਲੱਗਿਆ ਸੀ, ਝਟਕਾ ਲੱਗਣ ਤੋਂ ਬਾਅਦ ਮੇਰੀ ਕਮਰ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਹੈ, ਉਸ ਦਰਦ ਤੋਂ ਬਾਅਦ ਮੇਰੀ ਲੱਤ ਦੇ ਵਿੱਚ ਵੀ ਦਰਦ ਆਉਣੀ ਸ਼ੁਰੂ ਹੋ ਗਈ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸ਼ਿਆਟਿਕਾ। ਸ਼ਿਆਟਿਕਾ ਇੱਕ ਅਜਿਹੀ ਪ੍ਰੋਬਲਮ ਹੈ ਜਿਹਦੇ ਵਿੱਚ ਜਿਹੜੀ ਸਾਡੀ ਸ਼ਿਆਟਿਕਾ ਨਰਵ ਹੈ ਉਹ ਕਿਤੇ ਨਾ ਕਿਤੇ ਸਾਡੀ ਜਿਹੜੀ ਕਮਰ ਦੇ ਵਿੱਚੋਂ ਮਣ ਕੇ ਨਿਕਲਦੇ ਹੁੰਦੇ ਨੇ ਉਸ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਦੱਬ ਜਾਂਦੀ ਹੈ। ਜਦੋਂ ਆਪਾਂ MRI ਦੀ ਰਿਪੋਰਟਸ ਪੇਸ਼ੈਂਟ ਦੀ ਐਡਵਾਈਸ ਕਰਦੇ ਹਾਂ, MRI ਦੀ ਰਿਪੋਰਟ ਜੇ ਆਪਾਂ ਜਦੋਂ ਸਟੱਡੀ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇਹ ਨਜ਼ਰ ਆਉਂਦਾ ਕਿ ਜਿਹੜੀ ਦੋ ਮਣਕਿਆਂ ਦੇ ਵਿੱਚ ਜਿਹੜੀ ਸ਼ੌਕ ਨੂੰ ਐਬਜ਼ੋਰਬ ਕਰਨ ਦੀ ਗੱਦੀ ਹੁੰਦੀ ਹੈ, ਜਿਹਨੂੰ ਆਪਾਂ ਡਿਸਕ ਕਹਿੰਦੇ ਹਾਂ, ਉਹ ਡਿਸਕ ਬਲਜ ਨਜ਼ਰ ਆਉਂਦਾ, ਦੋਵੇਂ ਜਿਹੜੀ ਵਰਟੀਬਰਾਸ ਨੇ ਉਹ ਦੱਬ ਜਾਂਦੇ ਨੇ, ਡਿਸਕ ਬਾਹਰਲੀ ਤਰਫ ਆ ਜਾਂਦੀ ਹੈ, ਖਿਸਕ ਜਾਂਦੀ ਹੈ ਉਹ, ਜੇ ਤਾਂ ਬਹੁਤ ਜ਼ਿਆਦਾ ਕੰਪਰੈਸ਼ਨ ਦੇ ਦੇ ਨਰਵ ਦੇ ਉੱਤੇ ਤਾਂ ਉਸ
ਜੇ ਜਿਹੜੇ ਕਾਰਨ ਜਿਵੇਂ ਕਿ ਏਜ ਰਿਲੇਟਡ ਫੈਕਟਰਸ, ਜਦੋਂ ਕਿ ਆਪਾਂ ਦੇਖਦੇ ਹਾਂ ਕਿ ਗੋਡਿਆਂ ਦੇ ਦਰਦ ਜਿਹੜੇ ਨੇ ਬਹੁਤ ਸਾਰੇ ਏਜ ਰਿਲੇਟਡ ਹੋ ਜਾਂਦੇ ਨੇ ਜਦੋਂ ਇੱਕ ਏਜ ਆਉਂਦੀ ਹੈ, ਬਹੁਤ ਸਾਰੇ ਟਾਈਮ ਇਹ ਪ੍ਰੋਬਲਮ ਫੀਮੇਲਸ ਦੇ ਵਿੱਚ ਜ਼ਿਆਦਾ ਹੁੰਦੀ ਹੈ, ਕਿਉਂਕਿ ਜਦੋਂ ਪੀਰੀਅਡਸ ਖਤਮ ਹੋ ਜਾਂਦੇ ਨੇ, ਮੈਨੋਪੌਜ਼ ਦੀ ਕੰਡੀਸ਼ਨ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ। ਜੇਕਰ ਕੈਲਸ਼ੀਅਮ ਦੀ ਘਾਟ ਹੋ ਜਾਵੇ ਤਾਂ ਡਾਕਟਰਸ ਐਡਵਾਈਸ ਕਰਦੇ ਨੇ ਤੁਸੀਂ ਕੈਲਸ਼ੀਅਮ ਸਪਲੀਮੈਂਟਸ ਲੈਣਾ ਸ਼ੁਰੂ ਕਰ ਦਿਓ, ਅਤੇ ਜੇਕਰ ਕਿਤੇ ਉਹ ਕੈਲਸ਼ੀਅਮ ਸਪਲੀਮੈਂਟ ਜ਼ਰੂਰਤ ਨਾਲੋਂ ਵੱਧ ਚਲੇ ਜਾਣ ਤਾਂ ਫਿਰ ਹੋਰ ਕਿਡਨੀ ਸਟੋਨ ਦੀ ਪ੍ਰੋਬਲਮਸ ਵਰਗੀਆਂ ਪ੍ਰੋਬਲਮਸ ਕ੍ਰੀਏਟ ਕਰਨੀ ਸ਼ੁਰੂ ਕਰ ਦਿੰਦੇ। ਇਸ ਕਰਕੇ ਆਪਾਂ ਐਡਵਾਈਸ ਕਰਦੇ ਹਾਂ ਕਿ ਜਿਹੜੇ ਪੇਸ਼ੈਂਟਸ ਜਿਨ੍ਹਾਂ ਨੂੰ ਮੈਨੋਪੌਜ਼ ਦੀ ਕੰਡੀ ਸਟੇਜ ਆ ਚੁੱਕੀ ਹੈ, ਉਹ ਆਪਣੀ ਡਾਈਟ ਦੇ ਵਿੱਚ ਜੇਕਰ ਰਾਗੀ ਦਾ ਆਟਾ, ਨਾਚਨੀ ਜਿਹਨੂੰ ਆਪਾਂ ਕਹਿੰਦੇ ਹਾਂ, ਇਹ ਆਟਾ ਜੇ ਖਾਣੇ ਦੇ ਵਿੱਚ ਐਡ ਕਰਨਗੇ ਤਾਂ ਇਹ ਇੱਕ ਕੁਦਰਤੀ ਸੋਰਸ ਹੈ ਕੈਲਸ਼ੀਅਮ ਦਾ, ਜੋ ਕਿ ਸਾਡੇ ਸਰੀਰ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਅਤੇ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਜਿਹੜੀ ਘਾਟ ਆ ਰਹੀ ਹੈ ਉਸਨੂੰ ਪੂਰਾ ਕਰਦਾ ਹੈ। ਜੇਕਰ ਤੁਸੀਂ ਇਹ ਰਾਗੀ ਦੇ ਆਟੇ ਦੀ ਪਿੰਨੀਆਂ ਬਣਾ ਕੇ ਜਾਂ ਲੱਡੂ ਬਣਾ ਕੇ ਇਸਦਾ ਸੇਵਨ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੇ ਗੋਡੇ ਦੇ ਵਿੱਚ ਜਿਹੜੀ ਪੀੜ ਹੋ ਰਹੀ ਹੈ ਉਹ ਕੱਟਣੀ ਸ਼ੁਰੂ ਹੋ ਜਾਏਗੀ, ਘੱਟ ਜਾਏਗੀ। ਇਸ ਦੇ ਨਾਲ ਆਪਾਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੇ ਹਾਂ, ਅਲਸੀ ਦੀ ਪਿੰਨੀ। ਅਲਸੀ ਦੀ ਪਿੰਨੀ ਸਾਰੇ ਘਰ ਦੇ ਵਿੱਚ ਜਾਣਦੇ ਨੇ, ਉਹ ਸਰਦੀ ਸਰਦੀ ਦੇ ਵਿੱਚ ਜੇਕਰ ਤੁਸੀਂ ਇਹ ਪ੍ਰਯੋਗ ਕਰ ਦਿਓ ਤਾਂ ਤੁਹਾਡੇ ਸਰੀਰ ਦੇ ਵਿੱਚ ਜਿਹੜੀਆਂ ਦਰਦਾਂ ਹੋ ਰਹੀਆਂ ਨੇ ਉਹ ਭਾਵੇਂ ਗੋਡੇ ਦੀ ਹੋਵੇ, ਭਾਵੇਂ ਕਮਰ ਦੀ ਹੋਵੇ, ਭਾਵੇਂ ਗਰਦਨ ਦੀ ਦਰਦ ਹੋਵੇ ਜਾਂ ਕਿਸੇ ਵੀ ਜੋੜ ਦੀ ਦਰਦ ਹੋਵੇ, ਉਹ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਹੈ ਕੱਟਣੀ ਸ਼ੁਰੂ ਹੋ ਜਾਂਦੀ ਹੈ। ਜੇ ਇਹ ਨਹੀਂ ਕੱਟਦੀ ਤਾਂ ਫਿਰ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ, ਅਦਰਵਾਈਜ਼ ਜੇ ਸਟਾਰਟਿੰਗ ਪ੍ਰੋਬਲਮ ਹੈ ਤਾਂ ਜ਼ਰੂਰ ਇਹ ਇਹਨਾਂ ਚੀਜ਼ਾਂ ਲੈਣ ਦੇ ਨਾਲ ਕੱਟ ਜਾਂਦੀ। ਰਿਤੇਸ਼ ਜੀ, ਤੁਸੀਂ ਅਲਸੀ ਦੀ ਗੱਲ ਕੀਤੀ, ਆਟੇ ਦੀ ਗੱਲ ਕੀਤੀ, ਇਹ ਚੀਜ਼ਾਂ ਪਹਿਲੇ ਦੇ ਜ਼ਮਾਨੇ ਦੇ ਵਿੱਚ ਸੁਣੀਆਂ ਜਾਂਦੀਆਂ ਸੀ, ਹਰ ਘਰ ਦੇ ਵਿੱਚ ਅਵੇਲੇਬਲ ਵੀ ਹੁੰਦੀਆਂ ਸੀਗੀਆਂ। ਹੁਣ ਮੈਨੂੰ ਨਹੀਂ ਲੱਗਦਾ ਕਿ ਹਰ ਘਰ ਦੇ ਵਿੱਚ ਇਹ ਚੀਜ਼ਾਂ ਅਵੇਲੇਬਲ ਨੇ। ਆਈ ਥਿੰਕ ਅਲਸੀ ਦਾ ਤੁਸੀਂ ਨਾਮ ਲਿੱਤਾ, ਅਲਸੀ ਬਹੁਤ ਸਾਰੇ ਲੋਕਾਂ ਨੇ ਦੇਖੀ ਤੱਕ ਨਹੀਂ ਹੋਏਗੀ ਅੱਜ ਦੀ ਡੇਟ ਦੇ, ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਲਸੀ ਹੁੰਦੀ ਕਿੱਦਾਂ ਦੀ ਹੈ, ਕਿਉਂਕਿ ਸਾਡੇ ਆਪਣੀ ਕਿਚਨ ਦੇ ਵਿੱਚ ਹੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪਹਿਲਾਂ ਹੁੰਦੀਆਂ ਸੀਗੀਆਂ, ਜਿਹਨਾਂ ਤੋਂ ਸਾਡੀਆਂ ਦਾਦੀਆਂ ਸਾਡੀਆਂ ਨਾਨੀਆਂ ਆਪ ਹੀ ਪਿੰਨੀਆਂ ਬਣਾ ਕੇ ਰੱਖ ਦਿੰਦੀਆਂ ਹੁੰਦੀਆਂ ਸੀਗੀਆਂ। ਉਹਨਾਂ ਨੂੰ ਪਤਾ ਸੀ ਹੁੰਦਾ ਸੀਗਾ ਕਿ ਵੈਦਰ ਚੇਂਜ ਹੋਣ ਵਾਲਾ ਹੈ, ਦੀ ਆਉਣ ਵਾਲੀ ਹੈ, ਤੇ ਉਹ ਬਾਡੀ ਉਹ ਉਸ ਚੀਜ਼ ਵਾਸਤੇ ਪਹਿਲੇ ਪ੍ਰਿਪੇਅਰ ਹੋ ਜਾਂਦੇ ਸੀ ਕਿ ਇਹ ਆਪਾਂ ਐਡ ਕਰਵਾਉਣੀ ਹੈ, ਇਹ ਆਪਾਂ ਆਪਣੇ ਬੱਚਿਆਂ ਨੂੰ ਖਵਾਉਣੀਆਂ ਤਾਂ ਕਿ ਇਹਨਾਂ ਦੀ ਹੱਡੀਆਂ ਮਜ਼ਬੂਤ ਰਹਿਣ, ਇਹਨਾਂ ਦੀ ਮਾਸਪੇਸ਼ੀਆਂ ਚੰਗੀਆਂ ਰਹਿਣ, ਇਹਨਾਂ ਦੀ ਡਿਵੈਲਪਮੈਂਟ ਚੰਗੀ ਹੋਏ, ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਇਹ ਪ੍ਰੋਬਲਮ ਦੇ ਨਾਲ ਲੜਨ ਦੀ ਤਾਕਤ ਮਿਲ ਜਾਏ। ਇਹ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਸਾਡੀ ਪ੍ਰੋਬਲਮ ਨੂੰ 100% ਤੇ ਨਹੀਂ ਠੀਕ ਕਰਦੀਆਂ, ਬਟ ਕਿਤੇ ਨਾ ਕਿਤੇ ਇਹ ਸਾਡੇ ਸਰੀਰ ਦੇ ਵਿੱਚ ਇੰਨੀਆਂ ਕੁ ਪੋਟੈਂਸ਼ੀਅਲ ਭਰ ਦਿੰਦੇ ਆ ਕਿ ਸਾਡਾ ਇਮਿਊਨਿਟੀ ਬਹੁਤ ਸਟਰੋਂਗ ਕਰ ਦਿੰਦੀ, ਵਧਾ ਦਿੰਦੀਆਂ ਨੇ, ਤੇ ਸਾਡਾ ਸਰੀਰ ਇਹਨਾਂ ਚੀਜ਼ਾਂ ਤੋਂ ਲੜਨ ਦੇ ਨਾਲ ਤਿਆਰ ਹੋ ਜਾਂਦਾ। ਤੇ ਉੱਥੇ ਅੱਜ ਕੱਲ ਇਹ ਸਭ ਜਿਹੜੇ ਕਹਿੰਦੇ ਘਰੇਲੂ ਨੁਸਖੇ ਸੀਗੇ, ਜਿਹੜਾ ਸਾਡਾ ਆਯੁਰਵੇਦ ਸਾਡੇ ਘਰ ਦੀ ਆਪਣੀ ਕਿਚਨ ਦੇ ਅੰਦਰ ਹੁੰਦਾ ਸੀਗਾ, ਉਹਦੀ ਥਾਂ ਕਿਤੇ ਨਾ ਕਿਤੇ ਅੱਜ ਕੱਲ ਦੇ ਮਾਡਰਨ ਸਪਲੀਮੈਂਟਸ ਨੇ ਲੈ ਲਈ ਹੈ। ਉਹੀ ਚੀਜ਼ਾਂ ਆ ਜਾਂਦੀਆਂ ਨੇ ਕਿ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਕਿ ਤੁਸੀਂ ਇਸ ਬ੍ਰਾਂਡ ਦਾ ਤੁਸੀਂ ਮਿਲਕ ਸ਼ੇਕ ਪੀ ਲਓ, ਇਸ ਬ੍ਰਾਂਡ ਦੇ ਤੁਸੀਂ ਮਿਲਕ ਪ੍ਰੋਡਕਟਸ ਆਉਂਦੇ ਨੇ ਸਪਲੀਮੈਂਟਸ, ਉਹ ਦੁੱਧ 'ਚ ਪਾ ਕੇ ਦੇ ਦਿੰਦੇ। ਹੁਣ ਜਿੱਦਾਂ ਕਿ ਪ੍ਰੀਤ ਜੀ ਤੁਸੀਂ ਇਹ ਗੱਲ ਕੀਤੀ ਕਿ ਦੁੱਧ ਦੇ ਵਿੱਚ ਬਹੁਤ ਸਾਰੇ ਵੱਖੋ ਵੱਖ ਬ੍ਰਾਂਡ ਦੇ ਸਪਲੀਮੈਂਟਸ ਆ ਰਹੇ ਨੇ, ਮੈਂ ਚਾਹੁੰਦਾ ਕਿ ਸਾਡੇ ਘਰ ਦੇ ਵਿੱਚੋਂ ਹੀ ਕਿਉਂ ਨਹੀਂ ਇਹ ਚੀਜ਼ਾਂ ਪੈਦਾ ਹੋ ਰਹੀਆਂ। ਮੈਂ ਤੁਹਾਨੂੰ ਇਹ ਜਾਗਰੂਕਤਾ ਦੇਣਾ ਚਾਹੁੰਦਾ ਕਿ ਤੁਹਾਡੇ ਘਰ ਦੇ ਵਿੱਚ ਹਲਦੀ ਇੱਕ ਬਹੁਤ ਹੀ ਉਮਦਾ ਚੀਜ਼ ਪਈ ਹੈ, ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਖਵਾਉਣਾ ਸ਼ੁਰੂ ਕਰੋਗੇ ਤੇ ਉਹਨਾਂ ਦੀ ਇਮਿਊਨਿਟੀ ਵੀ ਬਹੁਤ ਜ਼ਿਆਦਾ ਵਧੇਗੀ, ਉਹਨਾਂ ਦੇ ਵਿੱਚ ਕੋਈ ਅਜਿਹੀ ਪ੍ਰੋਬਲਮ ਨਹੀਂ ਆਏਗੀ, ਜਿਹੜੀ ਜੋੜਾਂ ਦਾ ਦਰਦ, ਮਸਲ ਦਰਦ, ਥਕਾਵਟ, ਕਮਜ਼ੋਰੀ, ਇਹ ਚੀਜ਼ ਉਹਨਾਂ ਨੂੰ ਬਿਲਕੁਲ ਨਹੀਂ ਹੋਏਗੀ। ਪਰ ਇੱਕ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਦੇਣਾ ਕਿ ਹਲਦੀ ਜਿਹੜੀ ਹੈ ਉਹ ਤੁਸੀਂ ਆਪ ਖਰੀਦ ਕੇ ਪਿਸਵਾਓ, ਕਿਉਂਕਿ ਮਾਰਕੀਟ ਦੇ ਵਿੱਚ ਜਿਹੜੀ ਹਲਦੀ ਅਵੇਲੇਬਲ ਹੋ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਕੈਮੀਕਲਸ ਐਡ ਆਨ ਹੁੰਦੇ ਨੇ, ਕਲਰਿੰਗ ਏਜੰਟਸ ਐਡ ਹੁੰਦੇ ਨੇ। ਇਸ ਕਰਕੇ ਇਹ ਜ਼ਰੂਰ ਹੈ ਕਿ ਜਦੋਂ ਵੀ ਤੁਸੀਂ ਹਲਦੀ ਦਾ ਪ੍ਰਯੋਗ ਕਰੋ ਉਸ ਨੂੰ ਆਪਣੇ ਸਾਹਮਣੇ ਪਿਸਵਾਓ, ਆਪ ਪਿਸਵਾਓ। ਇਸ ਨੂੰ ਤੁਸੀਂ 1/4 ਟੀਸਪੂਨ ਤੋਂ ਸ਼ੁਰੂ ਕਰ ਸਕਦੇ ਹੋ, ਸਰਦੀਆਂ ਦੇ ਵਿੱਚ ਤੁਸੀਂ ਆਰਾਮ ਨਾਲ ਅੱਧਾ ਚਮਚ ਵੀ ਕਰ ਸਕਦੇ ਹੋ, ਪਰ ਜੇਕਰ ਕਿਸੇ ਨੂੰ ਇਹ ਥੋੜ੍ਹੀ ਜ਼ਿਆਦਾ ਗਰਮੀ ਪੈਦਾ ਕਰਦੀ ਹੈ ਜਾਂ ਥੋੜ੍ਹਾ ਜਿਹਾ ਗਰਮ ਜ਼ਿਆਦਾ ਲੱਗ ਰਹੀ ਹੈ ਤਾਂ ਉਹਦੀ ਅਮਾਊਂਟ ਘਟਾ ਦਿਓ, ਬੰਦ ਨਾ ਕਰੋ। ਜੇਕਰ ਲੱਗਦਾ ਹੈ ਕਿ ਤੁਸੀਂ ਇਹਦੇ ਵਿੱਚ ਕੁਝ ਹੋਰ ਐਡ ਆਨ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਕ ਬਹੁਤ ਛੋਟੀ ਜਿਹੀ ਚੀਜ਼ ਹੋਰ ਦੱਸਣਾ ਚਾਹਾਂਗਾ, ਕੇਸਰ। ਕੇਸਰ ਦੀ ਵੀ ਜਿਹੜੀ ਹੈ ਇੱਕ ਤੁਰੀ ਲੈ ਕੇ ਜੇ ਤੁਸੀਂ ਉਹਨੂੰ ਦੁੱਧ ਦੇ ਵਿੱਚ ਮਿਲਾ ਕੇ ਹਲਦੀ ਅਤੇ ਕੇਸਰ ਦੋਵੇਂ ਚੀਜ਼ਾਂ ਬੱਚਿਆਂ ਨੂੰ ਦੇਣੀ ਸ਼ੁਰੂ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੋਟਿਸ ਕਰੋਗੇ ਕਿ ਥੋੜ੍ਹੇ ਦਿਨਾਂ ਬਾਅਦ ਉਹਨਾਂ ਦੀ ਬੋਡੀ ਦੀ ਗਰੋਥ ਬਹੁਤ ਵਧੀਆ ਹੋ ਜਾਂਦੀ ਹੈ, ਉਹਨਾਂ ਦੇ ਚਿਹਰੇ 'ਤੇ ਨੂਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਉਹ ਐਕਟੀਵਿਟੀਜ਼ ਬਹੁਤ ਹੌਲੀ ਕਰਦੇ ਸੀ ਜਾਂ ਥੋੜ੍ਹਾ ਲੰਬਾ ਸਮੇਂ ਲੈਂਦੇ ਸੀ ਉਹਦੇ ਵਿੱਚ ਉਹਨਾਂ ਦੀ ਐਕਟੀਵਿਟੀ ਜਿਹੜੀ ਹੈ ਹੋਰ ਬੈਟਰ ਹੋ ਜਾਏਗੀ। ਜੇਕਰ ਮੈਂ ਆਪਣੇ ਯੰਗਸਟਰਸ ਜਾਂ ਫਿਰ ਆਪਣੇ ਵੱਡਿਆਂ ਬਜ਼ੁਰਗਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਵੀ ਆਪਾਂ ਹਲਦੀ ਨੂੰ ਅੱਧਾ ਚਮਚ ਜਿਹੜਾ ਸਵੇਰੇ ਸ਼ਾਮ ਦੁੱਧ ਦੇ ਨਾਲ ਦੇ ਸਕਦੇ ਹਾਂ, ਅਤੇ ਉਹਦੇ ਵਿੱਚ ਜੇ ਕੇਸਰ ਦੀ ਤੁਰੀਆਂ ਪਾਣੀਆਂ ਨੇ ਕੇਸਰ ਦੀ ਤੁਰੀਆਂ 2-3 ਕਰ ਸਕਦੇ ਹੋ। ਪਰ ਇੱਕ ਚੀਜ਼ ਦਾ ਧਿਆਨ ਬਹੁਤ ਜ਼ਰੂਰ ਰੱਖਣਾ ਕਿ ਪੇਸ਼ੈਂਟ ਨੂੰ ਬੀਪੀ ਨਹੀਂ ਹੋਣਾ ਚਾਹੀਦਾ, ਜੇਕਰ ਬੀਪੀ ਹੋਏਗਾ ਤਾਂ ਤਾਂ ਕੇਸਰ ਪਾਉਣ ਦੀ ਲੋੜ ਨਹੀਂ ਹੈ, ਕਿਉਂਕਿ ਕੇਸਰ ਬੀਪੀ ਨੂੰ ਵਧਾ ਸਕਦਾ। ਇਸ ਕਰਕੇ ਇਹ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਜੇ ਆਪਾਂ ਆਪਣੇ
ਪਰ ਲੋਕੀ ਅੱਜ ਕੱਲ੍ਹ ਇੰਸਟੈਂਟ ਰਿਐਕਸ਼ਨ ਮੰਨਦੇ ਨੇ ਕਿ ਅਸੀਂ ਐਲੋਪੈਥੀ ਮੈਡੀਸਨਸ ਖਾ ਲਈ ਆ ਜਾਂ ਮੇਰੇ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਬਹੁਤ, ਡਾਕਟਰ ਨੇ ਉਹਨੇ ਕਿਹਾ ਹੈ ਜੀ ਸੁਜੈਸਟ ਕੀਤਾ ਹੈ ਜੀ ਇੰਜੈਕਸ਼ਨ ਲੱਗਣਗੇ ਜੀ, ਤੁਹਾਡੇ ਤਾਂ ਲਿਗਾਮੈਂਟਸ ਵੀਕ ਹੋ ਗਏ ਨੇ ਜਾਂ ਤੁਹਾਡੀ ਗਰੀਸ ਖਤਮ ਹੋ ਗਈ ਹੈ, ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟਸ ਦੇ ਕੋਲ ਹੈ ਕਿ ਡਾਕਟਰਸ ਨੇ ਸਾਡੇ ਨੀਂਜ਼ ਦੇ ਵਿੱਚ ਇੰਜੈਕਸ਼ਨ ਲਾਇਆ ਸੀ ਜੀ, ਥੋੜ੍ਹੇ ਟਾਈਮ ਵਾਸਤੇ ਰਿਲੀਫ ਰਿਹਾ ਆ, ਉਸ ਤੋਂ ਬਾਅਦ ਹੁਣ ਪ੍ਰੋਬਲਮ ਉਸ ਤੋਂ ਦੁੱਗਣੀ ਵੱਧ ਗਈ। ਕਈਆਂ ਨੇ ਮੋਢਿਆਂ ਦੀ ਸਾਨੂੰ ਦੱਸਿਆ ਕਿ ਸਾਡੇ ਮੋਢਿਆਂ ਦੇ ਵਿੱਚ ਇੰਜੈਕਸ਼ਨ ਲੱਗਿਆ ਸੀਗਾ ਅਤੇ ਉਸ ਤੋਂ ਬਾਅਦ ਸਾਡੀ ਪ੍ਰੋਬਲਮ ਹੋਰ ਵੱਧ ਗਈ ਹੈ, ਕੀ ਅਜਿਹੇ ਪੇਸ਼ੈਂਟਸ ਨੂੰ ਵੀ ਤੁਸੀਂ ਟ੍ਰੀਟ ਕਰਦੇ ਹੋ ਜਾਂ ਠੀਕ ਕੀਤੇ ਨੇ? ਬਿਲਕੁਲ ਜੀ, ਅਜਿਹੇ ਪੇਸ਼ੈਂਟਸ ਨੂੰ ਵੀ ਆਪਾਂ ਟ੍ਰੀਟ ਕਰਦੇ ਹਾਂ। ਈਵਨ ਕਿ ਸ਼ੁਰੂਆਤੀ ਤੌਰ ਦੇ ਵਿੱਚ ਸਾਡੇ ਕੋਲ ਪੇਸ਼ੈਂਟ, ਅੱਜ ਤੱਕ ਤਾਂ ਕੋਈ ਸ਼ੁਰੂਆਤੀ ਤੌਰ ਵਾਲਾ ਪੇਸ਼ੈਂਟ ਤਾਂ ਸਾਡੇ ਕੋਲ ਆਇਆ ਹੀ ਨਹੀਂ, ਸਾਰੇ ਉਹੀ ਪੇਸ਼ੈਂਟ ਆਏ ਨੇ ਜਿਹੜੇ ਆਲਰੇਡੀ ਕਰੋਨਿਕ 4-4, 5-5 ਸਾਲ ਕਿਤੇ ਨਾ ਕਿਤੇ ਦਵਾਈਆਂ ਲੈ ਚੁੱਕੇ ਨੇ ਅਤੇ ਇੰਜੈਕਸ਼ਨਸ ਵੀ ਕਿਤੇ ਨਾ ਕਿਤੇ ਥਾਂ ਤੋਂ ਲਗਾ ਚੁੱਕੇ ਨੇ, ਪਰ ਦੇਖਿਆ ਜਾਂਦਾ ਹੈ ਕਿ ਜੇ ਉਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਵੀ ਰਿਲੀਫ ਨਹੀਂ ਮਿਲਦੇ ਆ, ਪ੍ਰੋਬਲਮ ਉੱਥੇ ਦੀ ਉੱਥੇ ਹੀ ਆ। ਪੇਸ਼ੈਂਟ ਐਂਡ ਡਾਕਟਰਸ ਜਿਹੜੇ ਨੇ ਐਂਡ ਦੇ ਵਿੱਚ ਕਈ ਵਾਰੀ ਤਾਂ ਇੰਨੀ ਕੁ ਪ੍ਰੋਬਲਮ ਵੱਧ ਜਾਂਦੀ ਹੈ ਗੋਡਿਆਂ ਦੀ ਕਿ ਡਾਕਟਰਸ ਨੀ ਰਿਪਲੇਸਮੈਂਟ ਵਾਸਤੇ ਐਡਵਾਈਸ ਕਰਦੇ ਨੇ, ਉਸ ਕੰਡੀਸ਼ਨ ਦੇ ਵਿੱਚ ਵੀ ਜਿਹੜੇ ਅਫੋਰਡ ਹੀ ਨਹੀਂ ਕਰ ਸਕਦੇ ਉਹ ਕਿੱਥੇ ਜਾਣਗੇ, ਉਹਨਾਂ ਦੇ ਵਾਸਤੇ ਕੌਣ ਹੈ? ਉਹਨਾਂ ਦੇ ਵਾਸਤੇ ਆਯੁਰਵੇਦ ਅੱਜ ਵੀ ਉੱਥੇ ਹੀ ਖੜਾ ਜਿੱਥੇ ਪਹਿਲੇ ਖੜਾ ਸੀ, ਅੱਜ ਵੀ ਉਸੇ ਪੋਟੈਂਸ਼ੀਅਲ ਦੇ ਨਾਲ ਉਹਨਾਂ ਦੀ ਤਕਲੀਫ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਜਿੱਦਾਂ ਪਹਿਲੇ ਰੱਖਦਾ ਸੀ। ਸਿਰਫ ਇਹ ਹੈ ਕਿ ਪੇਸ਼ੈਂਟ ਨੂੰ ਫੇਥ ਹੋਣਾ ਚਾਹੀਦਾ, ਪੇਸ਼ੈਂਟ ਦਾ ਅੱਜ ਫੇਥ ਘੱਟ ਗਿਆ ਆਯੁਰਵੇਦ ਦੇ ਉੱਤੇ। ਮੈਂ ਇਹ ਚਾਹੁੰਦਾ ਕਿ ਪੇਸ਼ੈਂਟ ਜਿੰਨਾ ਕੁ ਜ਼ਿਆਦਾ ਫੇਥ ਕਰੇਗਾ ਆਯੁਰਵੇਦ ਦੇ ਉੱਤੇ ਓਨੀ ਜਲਦੀ ਰਿਲੀਫ ਮਿਲਣਗੇ। ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਇੱਕ ਪੇਨ ਕਿਲਰ ਖਾ ਲਈ ਤਾਂ ਥੋੜ੍ਹੇ ਘੰਟਿਆਂ ਵਾਸਤੇ ਤਾਂ ਰਿਲੀਫ ਮਿਲ ਗਿਆ, ਪਰ ਪੇਨ ਤਾਂ ਉੱਥੇ ਹੀ ਹੈ ਨਾ, ਪੇਨ ਤਾਂ ਨਹੀਂ ਗਈ। ਪਰ ਜੇ ਆਯੁਰਵੇਦ ਦੇ ਨਾਲ ਆਓਗੇ ਆਪਾਂ ਤੁਹਾਡੀ ਦਰਦ ਦੀ ਹੋਲਡ ਕਰਨ ਦੀ ਕਪੈਸਿਟੀ ਨੂੰ ਇੰਨਾ ਕੁ ਵਧਾਵਾਂਗੇ ਕਿ ਤੁਹਾਡੀ ਜਿਹੜੀ ਪੇਨ ਹੈ ਉਹ ਤੁਹਾਡੀ ਲਾਈਫ ਐਕਟੀਵਿਟੀਜ਼ ਨੂੰ ਹੈਂਪਰ ਨਹੀਂ ਕਰੇਗੀ, ਤੁਹਾਡੀ ਇਮਿਊਨਿਟੀ ਇੰਨੀ ਕੁ ਵੱਧ ਜਾਏਗੀ, ਤੁਸੀਂ ਉਸ ਪੇਨ ਨੂੰ ਕੰਬੈਟ ਕਰ ਸਕੋ, ਉਸ ਦੇ ਨਾਲ ਲੜ ਸਕੋਗੇ। ਜਿੱਦਾਂ ਕਿ ਪ੍ਰੀਤ ਜੀ ਨੇ ਦੱਸਿਆ ਕਿ ਇੰਜੈਕਸ਼ਨਸ ਲਵਾਉਣ ਦੀ ਗੱਲ ਹੈ, ਇਹਦੇ ਵਿੱਚ ਆਪਾਂ ਪੰਚਕਰਮਾ ਥੈਰੇਪੀਜ਼ ਜਿਹੜੀਆਂ ਐਡਵਾਈਸ ਕਰਦੇ ਹਾਂ ਪੇਸ਼ੈਂਟ ਨੂੰ, ਪੇਸ਼ੈਂਟ ਨੂੰ ਕੁਛ ਅਜਿਹੀਆਂ ਥੈਰੇਪੀਜ਼, ਬਹੁਤ ਸਾਰੀਆਂ ਚੀਜ਼ਾਂ ਪੰਚਕਰਮਾ ਦੀ ਇੱਦਾਂ ਦੀਆਂ ਜਿਹੜੀਆਂ ਸਾਡੇ ਕੋਲ ਆ ਕੇ ਕਰਵਾਉਣੀਆਂ ਪੈਂਦੀਆਂ, ਪਰ ਕੁਛ ਥੈਰੇਪੀਜ਼ ਇੱਦਾਂ ਦੀਆਂ ਜਿਹੜੀਆਂ ਆਪਾਂ ਰੈਡੀ ਟੂ ਯੂਜ਼ ਮਟੀਰੀਅਲ ਦੇ ਵਿੱਚ ਪ੍ਰੋਵਾਈਡ ਕਰਵਾ ਕੇ ਪੇਸ਼ੈਂਟ ਨੂੰ ਉਸ ਦੇ ਥਾਂ 'ਤੇ ਇਹ ਪਹੁੰਚਾ ਦਿੰਦੀਆਂ। ਈਵਨ ਇੰਡੀਆ ਦੇ ਵਿੱਚ ਨਹੀਂ, ਇੰਡੀਆ ਤੋਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੀ ਥਾਂ 'ਤੇ ਮੇਰੀ ਮੈਡੀਸਨਸ ਜਿਹੜੀ ਹੈ ਉਹ ਪੰਚਕਰਮ ਦੀ ਟੈਕਨੀਕ ਦੇ ਨਾਲ ਹੀ ਪਹੁੰਚਦੀ ਹੈ। ਉੱਥੇ ਉਹਦੇ ਵਿੱਚ ਪੂਰਾ ਕੁਛ ਲਿਖਿਆ ਹੁੰਦਾ ਕਿ ਕਿਹੜੀ ਪੰਚਕਰਮ ਦੀ ਚੀਜ਼ ਆਪਾਂ ਤੁਹਾਨੂੰ ਦੱਸੀਏ, ਉਹਦੇ ਵਿੱਚ ਕਿਸ ਤਰ੍ਹਾਂ ਉਸਨੂੰ ਪ੍ਰਯੋਗ ਕਰਨਾ। ਲਗਾਤਾਰ 2-3 ਮਹੀਨੇ ਪ੍ਰਯੋਗ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਜੁਆਇੰਟ ਪੇਨਸ ਦੀ ਪ੍ਰੋਬਲਮ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਮੋਢੇ ਪੇਨ ਦੀ ਪ੍ਰੋਬਲਮ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਦਰਦਾਂ ਕੰਟਰੋਲ ਦੇ ਵਿੱਚ ਆ ਜਾਂਦੀਆਂ, ਪੇਸ਼ੈਂਟ ਆਪਣੀ ਲਾਈਫ ਨੂੰ ਬਹੁਤ ਚੰਗੀ ਤਰ੍ਹਾਂ ਜੀਣਾ ਸ਼ੁਰੂ ਕਰ ਦਿੰਦਾ। ਜੇਕਰ ਤੁਸੀਂ ਵੀ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਬੈਠੇ ਇਸ ਪ੍ਰੋਗਰਾਮ ਦੇਖ ਰਹੇ ਹੋ ਤੇ ਤੁਹਾਨੂੰ ਵੀ ਜੁਆਇੰਟ ਪੇਨਸ ਦੀ ਪ੍ਰੋਬਲਮ ਹੈ, ਕਮਰ ਦਰਦ ਹੋ ਰਿਹਾ ਹੈ ਜਾਂ ਮੋਢਿਆਂ ਦੇ ਵਿੱਚ ਦਰਦ ਹੈ ਜਾਂ ਸਰਵਾਈਕਲ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਨਿਜਾਤ ਨਹੀਂ ਮਿਲੀ ਹਲੇ ਤੱਕ ਆਪਣੀ ਇਸ ਪੇਨ ਤੋਂ, ਤਾਂ ਉਮੀਦ ਕਰਦਾ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਤੁਹਾਨੂੰ ਨਿਜਾਤ ਕਿੱਥੋਂ ਮਿਲ ਸਕਦੀ ਹੈ। ਤੁਸੀਂ ਆਪਣਾ ਫੋਨ ਚੱਕੋ ਤੇ ਨੰਬਰ ਘੁਮਾ ਕੇ ਗੱਲ ਕਰ ਸਕਦੇ ਹੋ ਡਾਕਟਰ ਰਿਤੇਸ਼ ਜੀ ਨਾਲ, ਜਿਹਨੇ ਕਈ ਅਜਿਹੇ ਪੇਸ਼ੈਂਟਸ ਠੀਕ ਕੀਤੇ ਨੇ ਜਿਹਨਾਂ ਨੂੰ ਛਾਇਆ ਟਿੱਕੇ ਦੀ ਪ੍ਰੋਬਲਮ ਸੀ, ਜੁਆਇੰਟ ਪੇਨਸ ਦੀ ਪ੍ਰੋਬਲਮ ਸੀ, ਕਈਆਂ ਨੂੰ ਉਹਨਾਂ ਨੇ ਨੀ ਚੇਂਜ ਵਾਸਤੇ ਰਿਪਲੇਸਮੈਂਟ ਵਾਸਤੇ ਵੀ ਕਿਹਾ ਸੀਗਾ, ਉਹਨਾਂ ਪੇਸ਼ੈਂਟਸ ਨੂੰ ਵੀ ਇਹਨਾਂ ਨੇ ਸਹੀ ਕੀਤਾ ਹੈ, ਤੇ ਕਿਉਂ ਨਾ ਤੁਸੀਂ ਵੀ ਉਹਨਾਂ ਵਿੱਚੋਂ ਇੱਕ ਹੋ ਜਾਓ ਜਿਹਨਾਂ ਨੂੰ ਕਿ ਡਾਕਟਰਸ ਨੇ ਰਿਕਮੈਂਡ ਕੀਤਾ ਹੋਇਆ ਕਿ ਆਪਰੇਟ ਹੀ ਹੋਏਗਾ ਜਾਂ ਤੁਹਾਨੂੰ ਨੀ ਰਿਪਲੇਸ ਹੋਣਾ। ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਇਸ ਸ਼ੋਅ ਦੇ ਵਿੱਚ ਆਇਆ ਤੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਇੰਨਾ ਵਧੀਆ ਗਿਆਨ ਦਿੱਤਾ ਆਯੁਰਵੇਦ ਦੇ ਨਾਲ ਜੋੜਿਆ। ਸੋ ਦਰਸ਼ਕੋ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਂਦਾ ਜਾਂਦਾ ਜਾਂਦਾ, ਮੈਂ ਤੁਹਾਨੂੰ ਇਹੀ ਕਹਾਂਗਾ ਐਲੋਪੈਥੀ ਮੈਡੀਸਨ ਤੋਂ ਥੋੜ੍ਹਾ ਜਿਹਾ ਦੂਰ ਰਹੋ ਤੇ ਆਯੁਰਵੇਦ ਦੇ ਨਾਲ ਜੁੜੋ, ਕਿਉਂਕਿ ਆਯੁਰਵੇਦ ਦਾ ਗਿਆਨ ਤੁਹਾਨੂੰ ਦੇਗਾ ਲੰਬਾ ਤੇ ਸੁਖੀ ਜੀਵਨ। ਹੁਣ ਸਮਾਂ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੱਲ੍ਹ ਵਾਲੇ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਡਾਕਟਰ ਰਿਤੇਸ਼ ਜੀ ਦੇ ਪਿਤਾ ਜੀ ਡਾਕਟਰ ਨਰਿੰਦਰ ਚਾਵਲਾ ਜੀ, ਜਿਨ੍ਹਾਂ ਦੇ ਨਾਲ ਅਸੀਂ ਡਿਸਕਸ਼ਨ ਕਰਾਂਗੇ ਹੇਅਰ ਫਾਲ ਦੇ ਉੱਤੇ, ਜੋ ਕਿ ਅੱਜ ਕੱਲ੍ਹ ਬਹੁਤ ਹੀ ਨੋਰਮਲ ਜੀ ਬਿਮਾਰੀ ਹੈ, ਹਰ ਕਿਸੇ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਹੇਅਰ ਫਾਲ ਦੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ, ਜੋ ਕਿ ਐਕਸਪਰਟ ਨੇ ਇਸ ਚੀਜ਼ ਦੇ ਵਿੱਚ। ਸੋ ਕੱਲ੍ਹ ਮਿਲਦੇ ਹਾਂ ਡਾਕਟਰ ਨਰਿੰਦਰ ਚਾਵਲਾ ਜੀ ਦੇ ਨਾਲ। ਸੋ ਦਰਸ਼ਕੋ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਹਾਂ ਕੀ ਨਾਂ? ਰਜਵੰਤ। ਹਾਂ ਕੀ ਤਕਲੀਫ ਸੀ? ਗੋਡਿਆਂ ਦੀ। ਹੁਣ ਤੁਹਾਡੇ 5 ਦਿਨ ਤੁਹਾਡਾ ਇਲਾਜ ਹੋਇਆ, ਉਹਦਾ ਤੁਹਾਨੂੰ ਕਿੰਨਾ ਫਰਕ ਪਿਆ? ਕਿੰਨਾ ਬੜਾ ਪੈ ਗਿਆ ਫਰਕ! ਹਾਂ ਕਿੰਨਾ ਫਰਕ ਪੈ ਗਿਆ ਹੈ! ਹਾਂ ਚੱਲ ਕੇ ਦਿਖਾਓ। ਹਾਂ ਹੁਣ ਤਾਂ ਦੌੜਦੇ ਪਏ ਹੋ, ਹੋਰ ਦੌੜ ਕੇ ਆਓ, ਜਿੰਨਾ ਦੌੜ ਸਕਦੇ ਹੋ ਦੌੜ ਕੇ ਆਓ। ਹਾਂ ਅੱਗੇ ਦੌੜ ਪਾਉਂਦੇ ਸੀ? ਹਾਂ ਤੁਰਿਆ ਨਹੀਂ ਜਾਂਦਾ ਸੀ, ਤੁਰਿਆ ਨਹੀਂ ਜਾਂਦਾ ਸੀ। ਲੋਕਾਂ ਨੂੰ ਦੱਸੋਗੇ ਮੈਂ ਦੌੜ ਸਕਦੀ ਹਾਂ? ਦੱਸਿਆ ਤੁਹਾਨੂੰ ਇੱਥੇ ਸੱਦਿਆ ਵੀ ਆ ਜਾਓ, ਤੁਹਾਨੂੰ ਠੀਕ ਕਰ ਦਿਓ। ਠੀਕ।